ਮੇਰੇ ਪਿਆਰੇ ਵਿਦਿਆਰਥੀ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਬੱਚੋ ਤੁਸੀਂ ਪਹਿਲੇ ਜਮਾਤਾਂ ਵਿੱਚ ਨਾਮ ਬਾਰੇ ਬਾਰੇ ਬੜੇ ਬੜੇ ਚੰਗੀ ਤਰ੍ਹਾਂ ਪੜਿਆ ਹੈ ਨਾਅਵ ਕੀ ਹੁੰਦੇ ਹਨ ਕਿਸੇ ਵਿਅਕਤੀ ਵਸਤੂ ਸਾਰਿਆਂ ਭਾਵ ਦੇ ਨਾਮ ਨੂੰ ਨਾਅਵ ਕਹਿੰਦੇ ਹਨ ਪਰੰਤੂ ਬੱਚੋ ਜਦੋਂ ਵੀ ਅਸੀਂ ਇਹਨਾਂ ਨਾਵਾਂ ਨਾਲ ਕੁਝ ਅਜਿਹੇ ਸ਼ਬਦ ਲਗਾ ਦਿੰਦੇ ਹਾਂ ਜਿਹੜੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ ਤਾਂ ਉਹ ਉਹਨਾਂ ਨਾਵਾਂ ਦੇ ਆਮ ਤੋਂ ਉਹਨਾਂ ਨਾਵਾਂ ਨੂੰ ਆਮ ਤੋਂ ਖਾਸ ਬਣਾ ਦਿੰਦੇ ਹਨ ਇਸ ਤਰ੍ਹਾਂ ਅਜਿਹੇ ਸ਼ਬਦ ਕੁਝ ਤਸਵੀਰਾਂ ਵਿੱਚ ਵੀ ਲੱਗੇ ਹਨ ਜਿਵੇਂ ਕਿ ਜਿਵੇਂ ਕੀ ਫੁੱਲ ਦਿੱਤੇ ਸਿਰ ਵਿੱਚ ਫੁੱਲ ਸ਼ਬਦ ਦੇ ਨਾਮ ਫੁੱਲ ਇੱਕ ਨਾਮ ਸ਼ਬਦ ਹੈ ਅਤੇ ਉਸ ਦੇ ਨਾਲ ਉਸ ਦੀ ਵਿਸ਼ੇਸ਼ਤਾ ਦਰਸਾਉਣ ਵਾਲਾ ਸ਼ਬਦ ਲਾਲ ਲੱਗਿਆ ਹੈ ਇਸ ਤਰ੍ਹਾਂ ਕਮੀਜ਼ ਇੱਕ ਨਾਮ ਸ਼ਬਦ ਹੈ ਤੇ ਉਸ ਦੇ ਵਿਸ਼ੇਸ਼ਤਾ ਦਰਸਾਉਣ ਵਾਲਾ ਉਸ ਦੇ ਨਾਲ ਸ਼ਬਦ ਨੀਲੀ ਹੈ ਇਸ ਤਰ੍ਹਾਂ ਕੇਲਾ ਵੀ ਇੱਕ ਨਾਮ ਸ਼ਬਦ ਹੈ ਤੇ ਉਸ ਦੇ ਵਿਸ਼ੇਸ਼ਤਾ ਦਰਸਾਉਣ ਵਾਲਾ ਸ਼ਬਦ ਚਾਰ ਇਸ ਤਰ੍ਹਾਂ ਇਹਨਾਂ ਸ਼ਬਦਾਂ ਵਿੱਚ ਲਾਲ ਨੀਲੀ ਅਤੇ ਚਾਰ ਅਜਿਹੇ ਸ਼ਬਦ ਹਨ ਜਿਹੜੇ ਉਹਨਾਂ ਦੇ ਨਾਲ ਆਏ ਨਾਵਾਂ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਹੇ ਹਨ ਇਸ ਤਰ੍ਹਾਂ ਇਹਨਾਂ ਸ਼ਬਦਾਂ ਉਹ ਜਿਹੜੇ ਵਿਸ਼ੇਸ਼ਣ ਉਹਨਾਂ ਦੀ ਵਿਸ਼ੇਸ਼ਤਾ ਦੱਸਦੇ ਹਨ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਬੱਚੋ ਜਿਹੜੇ ਸ਼ਬਦ ਨਾਮ ਜਾਂ ਪੜਨਾਵ ਸ਼ਬਦਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ ਉਹ ਵਿਸ਼ੇਸ਼ਣਾ ਕਹਿੰਦੇ ਹਨ ਜਿਵੇਂ ਕਾਲਾ ਮੁੰਡਾ ਲਾਇ ਕੁੜੀ ਮੋਟਾ ਹਲਵਾ ਮੁੰਡਾ ਕਿਸ ਤਰ੍ਹਾਂ ਦਾ ਹੈ ਕਾਲਾ ਕੁੜੀ ਕਿਸ ਤਰ੍ਹਾਂ ਦੀ ਹੈ ਲਾਇਕ ਹਲਵਾਈ ਕਿਸ ਤਰ੍ਹਾਂ ਦਾ ਹੈ ਮੋਟਾ ਇਸ ਤਰ੍ਹਾਂ ਇਹ ਮੁੰਡਾ ਕੁੜੀ ਅਤੇ ਹਲਵਾਈ ਇੱਕ ਨਾਵ ਸ਼ਬਦ ਹਨ ਅਤੇ ਉਹਨਾਂ ਦੇ ਨਾਲ ਆਏ ਕਾਲਾ ਲਾਇਕ ਅਤੇ ਮੋਟਾ ਉਹਨਾਂ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਹੇ ਹਨ ਇਸ ਕਰਕੇ ਕਾਲਾ ਲਾਇਕ ਅਤੇ ਮੋਟਾ ਵਿਸ਼ੇਸ਼ਣ ਸ਼ਬਦ ਹਨ ਬੱਚੋ ਵਿਸ਼ੇਸ਼ਣ ਜਿਸ ਸ਼ਬਦ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ ਜਾਂ ਜਿਸ ਨਾਮ ਜਾਂ ਪਰਨਾਵ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਹਨ ਉਸ ਨੂੰ ਉਸ ਦਾ ਵਿਸ਼ੇਸ਼ ਕਿਹਾ ਜਾਂਦਾ ਹੈ। ਇਨ੍ਹਾਂ ਸ਼ਬਦਾਂ ਵਿੱਚ ਮੁੰਡਾ ਇੱਕ ਵਿਸ਼ੇਸ਼ਵਚਨ ਹੈ। ਕਾਲਾ ਇੱਕ ਵਿਸ਼ੇਸ਼ਣ ਸ਼ਬਦ ਹੈ। ਲਾਇ ਕੁੜੀ ਦੇ ਵਿੱਚ ਕੁੜੀ ਇੱਕ ਵਿਸ਼ੇਸ਼ਵਚਨ ਹੈ। ਲਾਇ ਵਿਸ਼ੇਸ਼ਣ ਸ਼ਬਦ ਹੈ। ਮੋਟਾ ਹਲਵਾਈ ਦੇ ਵਿੱਚ ਹਲਵਾਈ ਇੱਕ ਵਿਸ਼ੇਸ਼ਵਚਨ ਹੈ ਅਤੇ ਮੋਟਾ ਵਿਸ਼ੇਸ਼ਣ ਸ਼ਬਦ ਹੈ। ਇਸ ਤਰ੍ਹਾਂ ਵਿਸ਼ੇਸ਼ਣ ਉਹ ਹੁੰਦੇ ਹਨ ਸ਼ਬਦ ਜਿਹੜੇ ਨਾਮ ਜਾਂ ਪਰਨਾਮ ਸ਼ਬਦਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ। ਬੱਚੂ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ। ਗੁਰਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਨਵਾਚਕ ਵਿਸ਼ੇਸ਼ਣ, ਨਿਸ਼ਚੈਵਾਚਕ ਵਿਸ਼ੇਸ਼ਣ, ਪਰ ਨਾਵ ਵਿਸ਼ੇਸ਼ਣ। ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਅਜਿਹੇ ਵਿਸ਼ੇਸ਼ਣ ਜਿਹੜੇ ਕਿਸੇ ਵੀ ਸ਼ਬਦ ਦੀ ਗੁਣੀ ਅਗੁਣੀ ਦੱਸਣ ਜਾਂ ਨਾਮ ਜਾਂ ਪਰਨਾਮ ਦੇ ਗੁਣੀ ਅਗੁਣੀ ਦੱਸਣ। ਜਿਵੇਂ ਕਿ ਪਹਿਲੀ ਤਸਵੀਰ ਸੁੰਦਰ ਕੁੜੀ ਵਿੱਚ ਤੁਸੀਂ ਵੇਖ ਸਕਦੇ ਹੋ। ਕੜੀ ਕਿਸ ਤਰ੍ਹਾਂ ਦੀ ਹੈ ਸੁੰਦਰ ਆਦਮੀ ਕਿਸ ਤਰ੍ਹਾਂ ਦਾ ਹੈ ਮੋਟਾ ਅਨਾਰ ਕਿਸ ਤਰ੍ਹਾਂ ਦਾ ਹੈ ਲਾਲ ਇਸ ਤਰ੍ਹਾਂ ਸੁੰਦਰ ਮੋਟਾ ਤੇ ਲਾਲ ਅਜਿਹੇ ਸ਼ਬਦ ਹਨ ਜਿਹੜੇ ਇਹਨਾਂ ਨਾਲ ਆਏ ਨਾਵਾਂ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਹੇ ਹਨ ਜਾਂ ਉਹਨਾਂ ਬਾਰੇ ਕੁਝ ਨਾ ਕੁਝ ਦੱਸਾ ਰਹੇ ਹਨ ਇਸ ਤਰ੍ਹਾਂ ਇਹਨਾਂ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਗੁਣਵਾਚਕ ਵਿਸ਼ੇਸ਼ਣ ਬੱਚਿਓ ਅਗਲੀ ਸਲਾਈਡ ਵਿੱਚ ਜੇ ਅਸੀਂ ਦੇਖੀ ਤਾਂ ਤੁਹਾਨੂੰ ਦੋ ਪਿਕਚਰਾਂ ਦਿਖਾਈ ਦੇ ਰਹੀਆਂ ਦੇ ਰਹੀਆਂ ਇੱਕ ਪਿਕਚਰ ਵਿੱਚ ਤੁਹਾਨੂੰ કુલ ਪੰਜ ਬੱਚੇ ਨਜ਼ਰ ਆ ਰਹੇ ਹਨ ਦੂਜੀ ਪਿਕਚਰ ਵਿੱਚ ਤੁਹਾਨੂੰ કુલ ਚਾਰ ਕੇਲੇ ਨਜ਼ਰ ਆ ਰਹੇ ਹਨ ਇਸ ਤਰ੍ਹਾਂ ਇਹ ਕੁਝ ਨਾ ਕੁਝ ਸੰਖਿਆ ਦਰਸਾ ਰਹੇ ਹਨ ਇਸ ਤਰ੍ਹਾਂ ਬੱਚੇ ਅਤੇ ਕੇਲੇ ਇਹ ਨਾਮ ਸ਼ਬਦ ਹਨ ਪਰ ਬੱਚਿਆਂ ਦੇ ਨਾਲ ਕੀ ਸ਼ਬਦ ਆਇਆ ਹੈ ਪੰਜ ਅਤੇ ਕੇਲਿਆਂ ਦੇ ਨਾਲ ਚਾਰ ਪੰਜ ਤੇ ਚਾਰ ਸੰਖਿਆਵਾਚਕ ਵਿਸ਼ੇਸ਼ਣ ਹਨ ਕਿਉਂਕਿ ਸੰਖਿਆਵਾਚਕ ਵਿਸ਼ੇਸ਼ਣ ਉਹ ਵਿਸ਼ੇਸ਼ਣ ਹੁੰਦੇ ਹਨ ਜਿਹੜੇ किसी नाव या प्रणाम की संख्या दसते हैं या गिणती दसते हैं बच्चों संख्यावाचक विशेषण तो बाद असी अगली स्लाइड पढ़ा परिमानवाचक विशेषण बच्चों जिस तरह तो देख रहे हो तो तस्वीर के एक पासे पाँच किलो खंड लिखा हुआ है दूसरे पासे एक लीटर दूध खंड कि पाँच किलो दुद्ध कि लीटर इस तरह परिमानवाचक मतलब जिसका परिमान लगया जा सकता है जिसकी संख्या नहीं की जा सकती इस तरह जो शब्द किसी नाम या प्रणाम का मापदोल दसते हैं उन्होंने परिमाणवाचक विशेषण कहा जाता है जिमें कि थोड़ा कुछ इस इसमान वाचक विशेषण विच् हैं क्योंकि विच किसी भी तरह की कोई भी संख्या नहीं है इस दा सिर्फ परिमाण लगाया जा सकता है बच्चों अगे तुम तो देख रहे हो इस लिखा है वह स्कूल मेरा है पिछर दे ਅਨੀਚੀ ਅਤੇ ਦੂਸਰੀ ਪਿਛੇ ਦਿੱਤੇ ਲਿਖਿਆ ਹੋਇਆ ਹੈ ਇਹ ਫਲਾਂ ਦੀ ਟੋਕਰੀ ਹੈ ਮੇਰੇ ਬੱਚੋ ਉਹ ਸਕੂਲ ਮੇਰਾ ਹੈ ਇਸ ਵਿੱਚ ਕਿਹੜੇ-ਕਿਹੜੇ ਨਾਮ ਆਏ ਹਨ ਇਸ ਵਿੱਚ ਨਾਮ ਆਇਆ ਹੈ ਸਕੂਲ ਅਤੇ ਇਹ ਫਲਾਂ ਦੀ ਟੋਕਰੀ ਹੈ ਇਸ ਵਿੱਚ ਕਿਹੜਾ ਨਾਮ ਆਇਆ ਹੈ ਇਸ ਵਿੱਚ ਨਾਮ ਆਇਆ ਹੈ ਫਲਾਂ ਤੇ ਟੋਕਰੀ ਪਰ ਬੱਚੋ ਅਜਿਹਾ ਕਿਹੜਾ ਨਾਮ ਹੈ ਜਿਸ ਦੇ ਅੱਗੇ ਕੁਝ ਨਾ ਕੁਝ ਅਜਿਹੇ ਸ਼ਬਦ ਲੱਗੇ ਹੋਏ ਹਨ ਜਿਹੜੇ उस, उस होंद बारे अच्छे पूरे चंगे तरीके दर्शा रहे हैं जिमें स्कूल स्कूल कहड़ा है वह स्कूल है वही स्कूल है जो मेरा है ठीक है तो स्कूल वो स्कूल कह शब्द आया है वो, वो एक निश्चयवाचक विशेषण है इस तरह ये फलां की टोकरी है फलां फल केड़े फल यह फल इस तरह यहाँ वाल इशारा करके ये शब्द ਉਨਾ ਉਨਾ ਨਾਵੀਆਂ ਪਨਾਵਰ ਇਸ਼ਾਰਾ ਕਰਕੇ ਉਹਨਾਂ ਨੂੰ ਅਹਮ ਤੋਂ ਖਾਸ ਬਣਾ ਦਹਨ ਤੇ ਉਹਨਾਂ ਦੀ ਹੋਂਦ ਵਰਤ ਸੰਦੇਹਨ ਕਿ ਉਹ ਉਹ ਨਾਵੀਆਂ ਪਨਾਵ ਨੇੜੇ ਹੈ ਜਾਂ ਦੂਰ ਹੈ ਇਸ ਤਰ੍ਹਾਂ ਨਿਸ਼ਚੇ ਵਚਕ ਵਿਸ਼ੇਸ਼ਣ ਉਹ ਵਿਸ਼ੇਸ਼ਣ ਹੁੰਦੇ ਹਨ ਜੋ ਕਿਸੇ ਵੀ ਨਾਵਜਪਨਾਵ ਦਾ ਪੂਰਾ ਪੂਰਾ ਨਿਸ਼ਚੈ ਦੱਸਦੇ ਹਨ ਬੱਚੋ ਅਗਲੀ ਅੱਗੇ ਤੁਸੀਂ ਦੇਖਿਓ ਤਾਂ ਇਸ ਪਿਕਚਰ ਵਿੱਚ ਤੁਸੀਂ نیچے ਮੇਰੀ ਕਿਤਾਬ ਮੇਰੀ ਕੋਲ ਹੈ ਇੱਕ ਵਾਕ ਦਿਖ ਰਿਹਾ ਹੋ ਇਸ ਅਤੇ ਦੂਸਰੀ ਪਿਕਚਰ ਵਿੱਚ ਤੁਸੀਂ ਤਸਵੀਰ ਵਿੱਚ ਤੁਸੀਂ ਤੁਹਾਡੀ ਕਾਰ ਖੂਬਸੂਰਤ ਦਿਖ ਰਿਹਾ ਹੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਕਿਤਾਬ ਕਿਤਾਬ ਦੇ ਨਾਲ ਇੱਕ ਸ਼ਬਦ ਲਿਖਿਆ ਹੋਇਆ ਹੈ ਮੇਰੀ ਤਾਂ ਕਿਤਾਬ ਇੱਕ ਨਾਮ ਹੈ ਕਿਤਾਬ ਦੇ ਨਾਲ ਅਜਿਹਾ ਸ਼ਬਦ ਆਇਆ ਹੈ ਜਿਹੜਾ ਉਸ ਬਾਰੇ ਦੱਸ ਰਿਹਾ ਹੈ ਕਿ ਕਿਤਾਬ ਕਿਸ ਦੀ ਹੈ ਮੇਰੀ ਹੈ ਇਸ ਤਰ੍ਹਾਂ ਮੇਰੀ ਸ਼ਬਦ ਜੁੜਾ ਹੈ ਉਹ ਕਿਤਾਬ ਪਰ ਦੱਸ ਰਿਹਾ ਹੈ ਕਿ ਕਿਤਾਬ ਕਿਸ ਵਿਅਕਤੀ ਦੀ ਹੈ ਉਸ ਵਿਅਕਤੀ ਦੀ ਹੈ ਜ ਜਿਹੜੀ ਉਸਦੀ ਗੱਲ ਕਰ ਰਿਹਾ ਹੈ ਅਤੇ ਕਾਰ ਤੁਹਾਡੀ ਕਾਰ ਖੂਬਸੂਰਤ ਹੈ ਕਾਰ ਦੇ ਨਾਲ ਕੀ ਲੱਗਾ ਹੋਇਆ ਹੈ ਤੁਹਾਡੀ ਤੁਹਾਡੀ ਤੇ ਮੇਰੀ ਸ਼ਬਦ ਨੂੰ ਮੈਂ ਅੰਡਰਲਾਈਨ ਕੀਤਾ ਹੋਇਆ ਹੈ ਕਿਉਂ ਕੀਤਾ ਹੋਇਆ ਹੈ ਤਾਂ ਕਿ ਤੁਹਾਨੂੰ ਤੁਹਾਨੂੰ ਇਹ ਬਿਲਕੁਲ ਚੰਗੇ ਤਰੀਕੇ ਨਾਲ ਪਤਾ ਲੱਗ ਜਾਏ ਕਿ ਤੁਹਾਡੀ ਤੇ ਮੇਰੇ ਅਜਿਹੇ ਸ਼ਬਦਾਂ ਜੋ ਵਿਸ਼ੇਸ਼ਣਾਂ ਇਹ ਵਿਸ਼ੇਸ਼ਣ ਸ਼ਬਦ ਕਿਹੜੇ ਵਿਸ਼ੇਸ਼ਣ ਸ਼ਬਦ ਹਨ ਇਹ ਪੰਜਵੀਂ ਪ੍ਰਕਾਰ ਪਨਾਵ ਵਿਸ਼ੇਸ਼ਣ ਹਨ ਪਰ ਨਾਮ ਤੁਸੀਂ ਪਿਛਲੇ ਚਾਪਤਾਂ ਵਿੱਚ ਪੜ ਚੁੱਕੇ ਹੋ ਪਨਾਵ ਉਹ ਸ਼ਬਦ ਹੁੰਦੇ ਹਨ ਜੋ ਨਾਮ ਦੇთან ਤੇ ਵਰਤੇ ਜਾਂਦੇ ਜਿਵੇਂ ਇਹ ਮੇਰਾ ਤੁਹਾਡਾ ਇਸ ਤਰ੍ਹਾਂ ਇਹ ਪਨਾਵ ਹਨ ਮੇਰੀ ਅਤੇ ਤੁਹਾਡੀ ਇਹ ਪਨਾਵ ਹਨ ਜਿਹੜੇ ਕਿ ਕਾਰ ਅਤੇ ਕਿਤਾਬ ਦੇ ਨਾਲ ਆਏ ਹਨ ਕਾਰ ਅਤੇ ਕਿਤਾਬ ਨਾਮ ਹਨ ਅਧਿਕਾਰ ਅਤੇ ਕਿਤਾਬ ਦੇ ਨਾਲ ਆ ਕੇ ਉਹ ਉਸ ਨਾਮ ਨੂੰ ਆਮ ਤੋਂ ਖਾਸ ਬਣਾ ਰਹੇ ਹਨ ਇਸ ਤਰ੍ਹਾਂ ਮੇਰੀ ਤੁਹਾਡੀ ਜੋ ਕਿ ਪੜਨਾਵ ਹਨ ਉਹ ਉਹ ਨਾਵਾਂ ਦੇ ਨਾਲ ਆ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾ ਰਹੇ ਹਨ ਇਸ ਤਰ੍ਹਾਂ ਅਜਿਹੇ ਵਿਸ਼ਸ਼ਣਾਂ ਨੂੰ ਪੜਨਾਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ ਕਿਉਂਕਿ ਇਹ ਅਜਿਹੇ ਪੜਨਾਵ ਹਨ ਜਿਹੜੇ